ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਜਿਵੇਂ ਕਿ ਅਸੀਂ ਜਾਣਦੇ ਹਾਂ ਪੰਜਾਬੀ ਫੇਮਸ ਇੰਸਟਾਗ੍ਰਾਮਰ ਪੰਨੋ ਬਲਜਿੰਦਰ ਅਤੇ ਤਵਲਿੰਦੀ ਅੱਜ ਤੋਂ 3 ਸਾਲ ਪਹਿਲਾਂ ਇੰਗੇਜਮੈਂਟ ਹੋਈ ਸੀ ਅਤੇ ਸੋਸ਼ਲ ਮੀਡੀਆ ਤੇ ਵੀ ਅਕਸਰ ਹੀ ਇਹਨਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਸਨ ਉੱਥੇ ਹੀ ਕੁਝ ਕੁ ਦਿਨਾਂ ਤੋਂ ਸੁਣਨ ਵਿੱਚ ਆ ਰਿਹਾ ਹੈ ਕਿ ਇਹਨਾਂ ਦਾ ਬ੍ਰੇਕਅਪ ਹੋ ਚੁੱਕਿਆ ਹੈ ਇਹ ਤਾਂ ਅਜਾਦੂ ਲਗਾਇਆ ਗਿਆ ਜਦੋਂ ਪੰਨੂ ਬਲਜਿੰਦਰ ਤੇ ਤਵਲੀਨ ਨੇ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਅਨਫੋਲੋ ਕਰ ਦਿੱਤਾ ਅਤੇ ਫੈਨਸ ਨੇ ਪੰਨੂ ਬਲਜਿੰਦਰ ਦੇ ਵਲੌਗਸ 'ਤੇ ਹੇਟ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਇੱਕ ਨੇ ਲਿਖਿਆ ਤਵਲੀਨ ਨਾਲ ਬ੍ਰੇਕਅਪ ਹੋ ਗਿਆ ਤੁਹਾਡਾ ਉਸਨੇ ਅਨਫੋਲੋ ਕਰ ਦਿੱਤਾ ਇੰਸਟਾਗ੍ਰam ਤੋਂ ਉਤੇ ਹੀ ਬਾਕੀ ਯੂਜ਼ਰਸ ਦਾ ਕਹਿਣਾ ਹੈ ਕਿ ਤਵਲੀਨ ਹੁਣ ਤੁਹਾਡੇ ਵਲੌਗਸ ਦੇ ਵਿੱਚ ਨਜ਼ਰ ਕਿਉਂ ਨਹੀਂ ਆ ਰਹੀ ਇੰਨਾ ਹੀ ਨਹੀਂ ਇੱਕ ਇੰਸਟਾਗ੍ਰam ਪੇਜ ਵੱਲੋਂ ਵੀ ਪੰਨੂ ਬਲਜਿੰਦਰ ਅਤੇ ਤਵਲੀਨ ਬਾਰੇ ਬੋਲਿਆ ਗਿਆ ਜਿਸ ਵਿੱਚ ਉਹਨਾਂ ਨੇ ਸਟੋਰੀ ਪਾ ਕੇ ਲਿਖਿਆ ਕਹਿੰਦੇ ਪੰਨੂ ਬਲਜਿੰਦਰ ਅਤੇ ਤਵਲੀਨ ਦਾ ਰੋਲਾ ਚੱਲ ਪਿਆ ਹੁਣ ਫੇਮ ਸਿਰ ਨੂੰ ਚੜ ਗਿਆ ਇਹਨਾਂ ਦੇ ਆਪ ਦੇ ਆਪ ਚ ਸਟਾਰ ਬਣੇ ਨੇ ਬਾਕੀ ਤੁਹਾਨੂੰ ਤਵਲੀਨ ਅਤੇ ਪੰਨੂ ਬਾਰੇ ਕੀ ਲੱਗਦਾ ਹੈ ਕਿ ਇਹ ਵਾਕਈ ਇੱਕ ਦੂਸਰੇ ਤੋਂ ਅਲੱਗ ਹੋ ਚੁੱਕੇ ਨੇ ਜਾਂ ਫਿਰ ਇਹ ਵੀ ਸਿਰਫ ਇੱਕ ਪਬਲਿਸਿਟੀ ਸਟੰਟ ਇਹਨਾਂ ਦੇ ਵੱਲੋਂ ਖੇਡਿਆ ਜਾ ਰਿਹਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ